ਹਾਂ ਜੀ, ਗੁਰਮਤਿ ਜਾਗਰਤੀ ਟੀਵੀ ਚੈਨਲ ਵੇਖ ਰਹੀ ਸਮੂਹ ਸਾਧ ਸੰਗਤ ਫਤਿਹ ਪ੍ਰਵਾਨ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਰੂਪ ਦੇ ਵਿੱਚ ਸਾਂਝ ਪਾਉਣ ਵਾਸਤੇ ਹਾਜ਼ਰ ਹੋਏ ਹਾਂ ਜੀ। ਇਨਸਾਨ ਆਪਣੇ ਜੀਵਨ ਦੇ ਵਿੱਚ ਆਪਣੇ ਸੋਚ ਦੇ ਅਨੁਸਾਰ ਕੁਝ ਲੱਭਣਾ ਚਾਹੁੰਦਾ ਕਿ ਮੈਨੂੰ ਮੇਰੀ ਸੋਚ ਦਾ ਕੋਈ ਬੰਦਾ ਮਿਲ ਜਾਵੇ। ਕਈ ਵਾਰ ਐਸਾ ਹੁੰਦਾ ਹੈ ਕਿ ਸੋਚ ਗਲਤ ਹੁੰਦੀ ਹੈ ਅਤੇ ਆਪਾਂ ਗਲਤ ਭਾਲ ਵਿੱਚ ਲੱਗ ਪੈਂਦੇ ਹਾਂ ਕਿ ਸ਼ਾਇਦ ਉਹਦੇ ਨਾਲ ਮਿਲ ਕੇ ਸਾਡੀਆਂ ਇਛਾਵਾਂ ਦੀ ਪੂਰਤੀ ਹੋ ਜਾਵੇਗੀ। ਇੱਕ ਬੜੀ ਪਿਆਰੀ ਕਵਿਤਾ ਰੂਪ ਦੇ ਵਿੱਚ ਗਾਥਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਜਿਵੇਂ ਹੰਸ ਅਤੇ ਕਾਂ ਦਾ ਕੋਈ ਮਿਲਾਪ ਨਹੀਂ ਹੋ ਸਕਦਾ, ਇਸੇ ਤਰ੍ਹਾਂ ਚੰਗੀ ਸੋਚ ਵਾਲੇ ਬੰਦੇ ਦਾ ਅਤੇ ਮਾੜੀ ਸੋਚ ਵਾਲੇ ਬੰਦੇ ਦਾ ਮਿਲਾਪ ਨਹੀਂ ਹੋ ਸਕਦਾ। ਪਰ ਜੇ ਕਿਤੇ ਮਾੜੀ ਸੋਚ ਵਾਲਾ ਬੰਦਾ ਚੰਗੀ ਸੋਚ ਵਾਲੇ ਬੰਦੇ ਦੇ ਨਾਲ ਰਲ ਜਾਵੇ ਤਾਂ ਉਹ ਚੰਗੀ ਸੋਚ ਵਾਲੇ ਬੰਦੇ ਦਾ ਨੁਕਸਾਨ ਜ਼ਰੂਰ ਹੋ ਜਾਂਦਾ। ਇਸੇ ਵਿਸ਼ੇ ਦੇ ਨਾਲ ਸੰਬੰਧ ਰੱਖਦੀ ਆਓ ਇੱਕ ਕਵਿਤਾ ਛੋਟੀ ਜੀ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ। ਹੰਸ ਨੂੰ ਕਾਂ ਕਹਿੰਦਾ, ਕਹਿੰਦਾ ਕਿ ਤੇਰਾ ਰੂਪ ਰੰਗ ਬੜਾ ਸੋਹਣਾ, ਤੂੰ ਵੇਖਣ ਨੂੰ ਬੰਗਲੇ ਵਰਗਾ ਜਾਪਦਾ ਹੈ, ਪਰ ਤੂੰ ਬੰਗਲਾ ਨਹੀਂ ਹੈ, ਮੈਨੂੰ ਇਸ ਗੱਲ ਦਾ ਪਤਾ। ਅਤੇ ਮੇਰਾ ਦਿਲ ਕਰਦਾ ਕਿ ਮੈਂ ਵੀ ਤੇਰੇ ਨਾਲ ਰਵਾਂ, ਤੇਰੇ ਨਾਲ ਤੇਰਾ ਸੰਗ ਕਰਾਂ। ਹੁਣ ਹੰਸ ਕੁਝ ਬਿਨਾਂ ਕੁਝ ਸੋਚੇ ਵਿਚਾਰੇ ਕਾਂ ਦਾ ਸੰਗ ਕਰ ਲੈਂਦਾ ਅਤੇ ਉਹਨੂੰ ਉਹਦਾ ਕੀ ਫਲ ਭੁਗਤਣਾ ਪੈਂਦਾ, ਕੀ ਖਮਿਆਜ਼ਾ ਭੁਗਤਣਾ ਪੈਂਦਾ ਉਹ ਸਰਵਣ ਕਰੀਏ। ਕਾਂ ਕਹਿੰਦਾ ਤੇਰਾ ਰੂਪ ਸੋਹਣਾ, ਤੇਰੀ ਚਾਲ ਸੋਹਣੀ, ਤੇਰਾ ਰੂਪ ਸੋਹਣਾ, ਤੇਰੀ ਚਾਲ ਸੋਹਣੀ, ਤੇਰਾ ਵੱਖਰਾ ਰਹਿਣ ਦਾ ਢੰਗ ਹੰਸਾ, ਤੇਰੇ ਵਿੱਚ ਨੇ ਗੁਣ ਸਭ ਰੱਬ ਵਰਗੇ, ਬੇਸ਼ੱਕ ਬੰਗਲੇ ਜਿਹਾ ਹੈ ਤੇਰਾ ਰੰਗ ਹੰਸਾ। ਹੁਣ ਵੇਖਣ ਨੂੰ ਤੂੰ ਬੰਗਲੇ ਵਰਗਾ ਜਾਪਦਾ ਹੈ ਪਰ ਤੇਰੇ ਵਿੱਚ ਗੁਣ ਜਿਹੜੇ ਨੇ ਉਹ ਰੱਬ ਵਰਗੇ ਨੇ। ਕਹਿੰਦੇ ਨੇ ਕਿ ਕਦੇ ਛੱਪੜੀ ਵਿੱਚ ਤੈਨੂੰ ਤੱਕਿਆ ਨਾ, ਖਾਂਦਾ ਕਦੇ ਨਾ ਦੇਖਿਆ ਗੰਧ ਹੰਸਾ, ਨੇੜੇ ਹੋ ਕੇ ਤੱਕਣਾ ਚਾਹੁੰਦਾ ਹਾਂ, ਰੱਖ ਲੈ ਕਾਗ ਨੂੰ ਆਪਣੇ ਸੰਗ ਹੰਸਾ। ਕਾਂ ਕਹਿੰਦਾ ਕਿ ਮੈਨੂੰ ਵੀ ਆਪਣੇ ਨਾਲ ਰੱਖ ਲਾ। ਹੁਣ ਹੰਸ ਆਪਣੇ ਬਾਰੇ ਪਹਿਲਾਂ ਦੱਸਦਾ ਹੈ। ਹੰਸ ਆਖਦਾ ਮੇਰੀ ਖੁਰਾਕ ਮੋਤੀ, ਡੱਡੀ ਮੱਛੀ ਦਾ ਨਹੀਂ ਸ਼ੌਕੀਨ ਕਾਵਾ। ਮੇਰੀ ਜਿਹੜੀ ਖੁਰਾਕ ਹੈ ਉਹ ਮਾਨ ਸਰੋਵਰ ਦੇ ਮੋਤੀ ਨੇ, ਡੱਡੀ ਮੱਛੀ ਦਾ ਮੈਂ ਸ਼ੌਕੀਨ ਨਹੀਂ ਹਾਂ। ਹੰਸ ਆਖਦਾ ਮੇਰੀ ਖੁਰਾਕ ਮੋਤੀ, ਡੱਡੀ ਮੱਛੀ ਦਾ ਨਹੀਂ ਸ਼ੌਕੀਨ ਕਾਵਾ, ਸਾਗਰ ਕੰਢੇ ਬਸੇਰਾ ਹੈ ਨਿੱਤ ਸਾਡਾ, ਛੱਪੜ ਟੋਭੇ ਤੇ ਨਾਹੀਂ ਜ਼ਮੀਨ ਕਾਵਾ। ਸਾਗਰ ਦੇ ਕੰਢੇ ਤੇ ਮੇਰਾ ਟਿਕਾਣਾ ਹੈ, ਮੈਂ ਛੱਪੜ ਟੋਭੇ ਤੇ ਨਹੀਂ ਰਹਿੰਦਾ, ਛੱਪੜ ਟੋਭੇ ਤੇ ਨਾਹੀਂ ਜ਼ਮੀਨ ਕਾਵਾ, ਬੰਗਲੇ ਰੀਸ ਕੀ ਕਰਨੀ ਅਸਾਂ ਵਾਲੀ। ਕਹਿੰਦੇ ਨੇ ਕਿ ਬੰਗਲੇ ਨੇ ਸਾਡੇ ਵਾਲੀ ਕੀ ਰੀਸ ਕਰ ਲੈਣੀ ਆ, ਬੰਗਲੇ ਰੀਸ ਕੀ ਕਰਨੀ ਅਸਾਂ ਵਾਲੀ, ਬੇਸ਼ੱਕ ਲੱਗਦਾ ਉਹ ਵੀ ਹਸੀਨ ਕਾਵਾ, ਨਾਲ ਚੱਲ ਕੇ ਤੱਕ ਲੈ ਆਪ ਅੱਖੀਂ, ਜੇਕਰ ਆਮ ਦਾ ਨਹੀਂ ਯਕੀਨ ਕਾਵਾ। ਕਹਿੰਦਾ ਕਿ ਤੂੰ ਮੇਰੇ ਨਾਲ ਜਾ ਕੇ ਵੇਖ ਲਾ ਮੇਰਾ ਰਹਿਣ ਸਹਿਣ, ਜੇ ਤੈਨੂੰ ਮੇਰੇ 'ਤੇ ਯਕੀਨ ਨਹੀਂ ਹੁੰਦਾ। ਅੱਗੋਂ ਕਹਿੰਦੇ ਨੇ ਕਿ ਮਤਾ ਪੱਕਿਆ ਦੋਵਾਂ ਉਡਾਨ ਭਰ ਲਈ, ਜੋੜਾ ਦੋਵਾਂ ਦਾ ਉੱਡਦਾ ਜਾ ਰਿਹਾ ਏ, ਥੋੜ੍ਹਾ ਉੱਡ ਕੇ ਕਾਂ ਫਰਿਆਦ ਕੀਤੀ, ਮੈਨੂੰ ਭੁੱਖ ਦਾ ਦੁੱਖ ਸਤਾ ਰਿਹਾ ਹੈ। ਕਿਉਂਕਿ ਜਿਹੜਾ ਕਾਮ ਬਿਰਤੀ ਵਾਲਾ ਹੁੰਦਾ ਹੈ ਉਹਦੇ ਅੰਦਰ ਜਰਨ ਸ਼ਕਤੀ ਵੀ ਘੱਟ ਹੁੰਦੀ ਹੈ, ਹੰਸ ਜਿਹੜਾ ਥੋੜ੍ਹਾ ਜਿਹਾ ਜਰਨ ਸ਼ਕਤੀ ਵਾਲਾ ਹੁੰਦਾ ਹੈ, ਪਰ ਨਾ ਚਾਹੁੰਦਿਆਂ ਹੋਇਆਂ ਵੀ ਹੰਸ ਨੂੰ ਕਾਂ ਦੀ ਗੱਲ ਮੰਨਣੀ ਪਈ। ਥੋੜ੍ਹਾ ਉੱਡ ਕੇ ਕਾਂ ਫਰਿਆਦ ਕੀਤੀ, ਮੈਨੂੰ ਭੁੱਖ ਦਾ ਦੁੱਖ ਸਤਾ ਰਿਹਾ ਏ, ਲੈ ਕੇ ਆਗਿਆ ਹੰਸ ਤੋਂ ਗਿਆ ਥੱਲੇ, ਆਗਿਆ ਲੈ ਕੇ ਤੇ ਹੰਸ ਤੋਂ ਤੇ ਥੱਲੇ ਚਲਿਆ ਗਿਆ, ਲੈ ਕੇ ਆਗਿਆ ਹੰਸ ਤੋਂ ਗਿਆ ਥੱਲੇ, ਫੋਲ ਫੋਲ ਕੇ ਵਿਸਟਾ ਖਾ ਰਿਹਾ। ਕਿਉਂਕਿ ਕਾਂ ਦੀ ਖੁਰਾਕ ਜਿਹੜੀ ਸੀ ਵਿਸਟਾ ਸੀ, ਉਹ ਫੋਲ ਫੋਲ ਕੇ ਖਾ ਰਿਹਾ ਹੈ। ਨਾ ਚਾਹੁੰਦਿਆਂ ਹੰਸ ਬੇਵੱਸ ਹੋ ਕੇ, ਨਾ ਚਾਹੁੰਦਿਆਂ ਹੰਸ ਬੇਵੱਸ ਹੋ ਕੇ ਦਿੱਤਾ ਆਪਣਾ ਕੌਲ ਨਿਭਾ ਰਿਹਾ। ਕਈ ਵਾਰ ਨਾ ਚੰਗੇ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਹਦਾ ਮੈਂ ਸੰਗ ਕਰ ਰਿਹਾ ਉਹ ਬੰਦਾ ਮਾੜਾ ਹੈ, ਪਰ ਉਹ ਕਹਿੰਦਾ ਕਿ ਹੁਣ ਇਹਦੇ ਨਾਲ ਗੱਲ ਕੀਤੀ ਆ, ਇਹਦੇ ਨਾਲ ਤੁਰਨਾ ਹੀ ਪੈਣਾ, ਇਹਦੇ ਨਾਲ ਜਾਣਾ ਹੀ ਪੈਣਾ, ਅਤੇ ਨਾ ਚਾਹੁੰਦੇ ਹੋਇਆਂ ਵੀ ਉਹ ਕੌਲ ਪਗਾਉਣ ਦੀ ਖਾਤਰ ਆਪਣਾ ਜਿਹੜਾ ਸਮਾਂ ਅਤੇ ਆਪਣਾ ਜੀਵਨ ਵਿਅਰਥ ਗਵਾਈ ਜਾਂਦਾ। ਅੱਗੇ ਕਹਿੰਦੇ ਨੇ ਅੱਗੇ ਚੱਲ ਕੇ
ਇੱਕ ਬਾਗ ਵਿੱਚ ਬੈਠੇ, ਅੱਗੇ ਚੱਲ ਇੱਕ ਬਾਗ ਦੇ ਵਿੱਚ ਬੈਠੇ, ਥੋੜ੍ਹਾ ਚਿਰ ਸੀ ਅਜੇ ਆਰਾਮ ਕਰਿਆ, ਕਿਉਂਕਿ ਹੁਣ ਵਿਸ਼ਟਾ ਖਾਧਾ ਸੀ, ਕਾਂ ਨੂੰ ਥਕਾਨ ਹੋ ਗਈ, ਉਹਨੇ ਆਖਿਆ ਕਿ ਆਪਾਂ ਥੋੜ੍ਹਾ ਆਰਾਮ ਨਾ ਕਰ ਲਈਏ, ਕਿਉਂਕਿ ਹੰਸ ਦੀ ਅਡਾਰੀ ਤਾਂ ਲੰਮੀ ਹੁੰਦੀ ਆ, ਹੰਸ ਨੂੰ ਥਕਾਨ ਕੋਈ ਨਹੀਂ, ਅਤੇ ਕਾਂ ਕਿਉਂਕਿ ਉਹਨੇ ਵਿਸ਼ਟਾ ਖਾਧਾ ਸੀ ਇਸ ਕਰਕੇ ਉਹਨੂੰ ਥਕਾਨ ਸੀ, ਉਹਨੇ ਇਹ ਕਿਹਾ ਉਹਨੂੰ ਹੰਸ ਨੂੰ ਕਿ ਆਪਾਂ ਥੋੜ੍ਹਾ ਆਰਾਮ ਨਾ ਕਰ ਲਈਏ, ਬਾਗ ਆ। ਕਹਿੰਦੇ ਅੱਗੇ ਚੱਲ ਕੇ ਬਾਗ ਦੇ ਵਿੱਚ ਬੈਠੇ, ਥੋੜ੍ਹਾ ਚਿਰ ਸੀ ਅਜੇ ਆਰਾਮ ਕਰਿਆ, ਉਸੇ ਬਾਗ ਦੇ ਵਿੱਚ ਇੱਕ ਬਾਦਸ਼ਾਹ ਨੇ ਉਸੇ ਰੁੱਖ ਦੇ ਹੇਠ ਵਿਸ਼ਰਾਮ ਕਰਿਆ। ਉਸ ਬਾਗ ਦੇ ਵਿੱਚ ਉਸ ਰੁੱਖ ਦੇ ਥੱਲੇ ਇੱਕ ਬਾਦਸ਼ਾਹ ਆਰਾਮ ਕਰਨ ਵਾਸਤੇ ਲੇਟ ਗਿਆ। ਕਹਿੰਦੇ ਨੇ ਕਿ ਵਿਸ਼ਟਾ ਖਾਧਾ ਸੀ ਕਾਂ ਨੇ ਵਿੱਠ ਮਾਰੀ, ਹੁਣ ਵਿਸ਼ਟਾ ਖਾਧਾ ਸੀ ਕਾਂ ਨੇ ਉਹਨੇ ਵਿੱਠ ਮਾਰ ਦਿੱਤੀ, ਵਿਸ਼ਟਾ ਖਾਧਾ ਸੀ ਕਾਂ ਨੇ ਵਿੱਠ ਮਾਰੀ, ਉਸੇ ਵਕਤ ਸਿਪਾਹੀ ਕਮਾਨ ਫੜਿਆ। ਜਦੋਂ ਆਪਣੇ ਬਾਦਸ਼ਾਹ ਦੇ ਉੱਤੇ ਵਿੱਠ ਵੱਜੀ ਹੋਈ ਵੇਖੀ ਤੇ ਸਿਪਾਹੀ ਨੇ ਫੜਿਆ ਕਮਾਨ ਕੇ, ਕਾਂ ਮਾਰ ਦੇਣਾ ਮੈਂ ਜਿਹਨੇ ਵਿੱਠ ਮਾਰੀ ਆ। ਹੁਣ ਜਦੋਂ ਕਮਾਨ ਫੜਿਆ ਕੀ ਹੋਇਆ, ਉਸੇ ਵਕਤ ਸਿਪਾਹੀ ਕਮਾਨ ਫੜਿਆ, ਛੱਡਿਆ ਤੀਰ, ਉੱਡ ਗਿਆ ਕਾਂ ਭੈੜਾ। ਚਲਾਕੀ ਸੀ ਨਾ ਕਾਂ ਜਿਹੜਾ ਸੀ, ਜਦੋਂ ਉਹਨੇ ਅਜੇ ਤੀਰ ਛੱਡਿਆ ਹੀ ਸੀ ਅਤੇ ਕਾਂ ਉੱਡ ਗਿਆ, ਅਤੇ ਹੰਸ ਦੇ ਨਾਲ ਕੀ ਵਾਪਰਿਆ, ਛੱਡਿਆ ਤੀਰ ਉੱਡ ਗਿਆ ਕਾਂ ਭੈੜਾ, ਭੋਲੇ ਹੰਸ ਨੂੰ ਜ਼ਖਮੀ ਜਾ ਕਰਿਆ, ਅਤੇ ਜਿਹੜਾ ਤੀਰ ਸੀ ਉਹ ਭੋਲੇ ਹੰਸ ਨੂੰ ਵੱਜ ਗਿਆ। ਹੁਣ ਅੱਗੇ ਕੀ ਹੋਇਆ, ਕਹਿੰਦੇ ਨੇ ਕਿ ਡਿੱਗੇ ਹੰਸ ਦੇ ਕੋਲ ਜਾ ਬਾਦਸ਼ਾਹ ਨੇ, ਬਾਦਸ਼ਾਹ ਨੂੰ ਪਤਾ ਲੱਗਾ ਕਿ ਬੜਾ ਵਧੀਆ ਜਾਨਵਰ ਜਿਹੜਾ ਉਹ ਮਾਰਿਆ ਚੱਲਿਆ, ਉਹ ਜਾ ਕੇ ਅਤੇ ਉਹਦੇ ਕੋਲ ਹੰਸ ਦੇ ਚਲਿਆ ਗਿਆ। ਡਿੱਗੇ ਹੰਸ ਦੇ ਕੋਲ ਜਾ ਬਾਦਸ਼ਾਹ ਨੇ ਇਸ ਗੱਲ ਦਾ ਬੜਾ ਅਫਸੋਸ ਕਰਿਆ, ਮਨ ਦੇ ਵਿੱਚੋਂ ਬੜਾ ਦੁਖੀ ਹੋਇਆ। ਹੰਸ ਆਖਦਾ ਤੇਰਾ ਨਹੀਂ ਦੋਸ਼ ਕੋਈ, ਕਾਂ ਦੀ ਦੋਸਤੀ ਨੇ ਮੇਰਾ ਘੁੱਟ ਭਰਿਆ। ਹੰਸਾਂ ਦਾ ਕਿ ਬਾਦਸ਼ਾਹ ਤੇਰਾ ਕੋਈ ਦੋਸ਼ ਨਹੀਂ ਹੈ, ਮੈਂ ਹੀ ਕਾਂ ਦੀ ਸਖਤ ਬਿਰਤੀ ਦੀ ਮੈਂ ਸੰਗ ਕਰ ਬੈਠਾ ਸੀ, ਉਹਦੀ ਦੋਸਤੀ ਨੇ ਮੇਰਾ ਇਹ ਜਿਹੜਾ ਘੁੱਟ ਭਰਿਆ ਹੈ। ਕਹਿੰਦੇ ਨੇ ਗੁਰਸੇਵਕ ਸਿੰਘ ਆ, ਇਹ ਕਹਾਣੀ ਉਸ ਸਿੱਖ ਦੀ ਹੈ। ਹੁਣ ਗੱਲ ਤਾਂ ਇਹ ਸਮਝਣ ਵਾਲੀ ਹੈ ਨਾ ਕਿ ਇਹ ਕਹਾਣੀ ਪਾ ਕੇ ਕਿਹਨੂੰ ਸਮਝਾਇਆ ਜਾ ਰਿਹਾ, ਜਿਹੜਾ ਭੁੱਲਿਆ ਹੋਇਆ ਸਿੱਖ ਜਿਹੜਾ ਗੁਰੂ ਦਾ ਲੜ ਛੱਡ ਕੇ ਅਤੇ ਕਾਗ ਬਿਰਤੀ ਵਾਲਿਆਂ ਦੇ ਨਾਲ ਤੁਰਿਆ ਫਿਰਦਾ ਹੈ। ਗੁਰਸੇਵਕ ਸਿੰਘ ਆ, ਇਹ ਕਹਾਣੀ ਉਸ ਸਿੱਖ ਦੀ ਹੈ ਜਿਹੜੇ ਸਿੱਖ ਨੇ ਸਾਕਤ ਦਾ ਸੰਗ ਕਰਿਆ। ਕਿਹਦੀ ਕਹਾਣੀ ਆ, ਜਿਹੜੇ ਸਿੱਖ ਨੇ ਸਾਕਤ ਦਾ ਸੰਗ ਕਰਿਆ। ਹੁਣ ਆਪਾਂ ਨੂੰ ਸੋਚਣਾ ਚਾਹੀਦਾ, ਕਈ ਵਾਰ ਨਾ ਲੋਕ ਲੱਜ ਦੀ ਖਾਤਰ ਜਾਂ ਆਪਣੇ ਮੂੰਹ 'ਚੋਂ ਕੋਈ ਗੱਲ ਕਿਸੇ ਵੇਲੇ ਨਿਕਲ ਜਾਂਦੀ ਹੈ, ਉਹਨੂੰ ਪਗਾਉਣ ਦੀ ਖਾਤਰ ਆਪਾਂ ਕਿਸੇ ਵੇਲੇ ਗਲਤ ਬਿਰਤੀ ਵਾਲੇ ਦਾ ਸੰਗ ਕਰ ਬੈਠਦੇ ਹਾਂ, ਪਰ ਹੁੰਦਾ ਉਹੀ ਕੁਝ ਹੈ ਜੋ ਇੱਕ ਕਾਂ ਦੇ ਕਾਰਨ ਇੱਕ ਹੰਸ ਦੇ ਨਾਲ ਹੋਇਆ। ਉਹ ਉਸ ਸਜ਼ਾ ਦਾ ਹੱਕਦਾਰ ਨਹੀਂ ਸੀ, ਪਰ ਫਿਰ ਵੀ ਉਹਨੂੰ ਉਸ ਜਿਹੜੀ ਸਜ਼ਾ ਹੈ ਉਹ ਭੁਗਤਣੀ ਪਈ। ਸੋ ਅੱਜ ਦੀ ਇਤਨੀ ਪੇਸ਼ਕਸ਼ ਜਿਹੜੀ ਹੈ ਉਹ ਪ੍ਰਵਾਨ ਕਰਿਓ ਜੀ। ਆਪ ਵੇਖ ਰਹੇ ਸੀ ਗੁਰਮਤਿ ਜਾਗਰਤੀ TV ਚੈਨਲ, ਇਹਦੇ ਮਾਧਿਅਮ ਦੇ ਰਾਹੀਂ ਅੱਗੇ ਵੀ ਅਸੀਂ ਇਹੋ ਜਿਹੇ ਉਪਰਾਲੇ ਕਰਦੇ ਰਹਾਂਗੇ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।